ਜਿਹੜਾ ਭਜਿਆ ਜਿਹੜਾ ਬਾਕੀ ਸੂਬੇ ਨਾਲ ਬਣ ਸਕਿਆ ਇਸ ਕਰਕੇ ਇੱਕ ਵਾਰ ਫੇਰ ਬੇਨਤੀ ਕਰਦਾ ਕਿ ਆਓ ਆਪਾਂ ਸਾਰੇ ਕਾਗਜ਼ ਪਾ ਕੇ ਹੱਥ ਮਜ਼ਬੂਤ ਕਰਕੇ ਦਿੱਲੀ ਤੁਸੀਂ ਲਿਖਣਾ ਮੈਂ ਲਿਖਣਾ ਕਿਹਨੇ ਲਿਖਣਾ ਇਹਨੇ ਅਸੀਂ ਸਭ ਨੇ ਲਿਖਣਾ ਹੈਗਾ ਸੋ ਆਓ ਆਪਾਂ ਨਵਾਂ ਚੈਪਟਰ ਲਿਖੀਏ ਹਿੰਦੁਸਤਾਨ ਦੇ ਇਤਿਹਾਸ ਵਿੱਚ ਔਰ ਜਮਹੂਰੀਅਤ ਦੀ ਬਹਾਲੀ ਵਾਸਤੇ ਔਰ ਸੰਵਿਧਾਨ ਦੀ ਬਹਾਲੀ ਵਾਸਤੇ ਔਰ ਜਮਹੂਰੀ ਸੰਸਥਾਵਾਂ ਦੀ ਬਹਾਲੀ ਵਾਸਤੇ ਤਾਂ ਕਿ ਲਹਿਰ ਸਮਝ ਪੱਛੇ ਤੇ ਪੰਜਾਬ ਦੀ ਅਗਵਾਈ ਕਰਦੇ ਹੀ ਲੋਕ ਬਣਾਈਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਬਾਰਡਰਾਂ ਤੇ ਨੀਲਾਮ ਸ਼ਰੇਆਮ ਨਾ ਹੁੰਦੀ ਜੇ ਧਰਮਵੀਰ ਗਾਂਧੀ ਨਾ ਹੁੰਦਾ ਤਾਂ ਕੇਜਰੀਵਾਲ ਦੀ ਦਿੱਲੀ ਪੰਜਾਬ ਦੇ ਵਿੱਚ ਆਮ ਆਦਮੀ ਦਾ ਫੁੱਟ ਬੰਨਿਆ ਸ਼੍ਰੀ ਧਰਮਵੀਰ ਗਾਂਧੀ ਜੀ ਸਾਡੇ ਵਿਚਕਾਰ ਅੱਜ ਆਏ ਮੈਂ ਇਹਨਾਂ ਦਾ ਬੜਾ ਸਵਾਗਤ ਕਰਦਾ ਇਹਨਾਂ ਨੇ ਆਪਾਂ ਨੂੰ ਸਾਥ ਦਿੱਤਾ ਇਸ ਲਈ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਤਿਕਾਰਯੋਗ ਕੁਮਾਰ ਜੀ ਜਿਹੜਾ ਬੈਂਡ ਜੋ ਜਿਹੜੇ ਆ ਰਹਾ ਪਰ ਬੰਦਾ ਸਾਰਾ ਕੰਮ ਲੋਕ ਕਰਦੇ ਕਿ ਤੁਸੀਂ ਇਕੱਠੇ ਹੋ ਕੇ ਸਾਡੀ ਆਮਦ ਦੇ ਵਿੱਚ ਬੈਠੇ ਪਰ ਤੁਹਾਡਾ ਉਤਸ਼ਾਹ ਦੱਸ ਰਿਹਾ ਕਿ ਇਹ ਇਲਾਕੇ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਨਵੀਂ ਕ੍ਰਾਂਤੀ ਆ ਰਹੀ ਹੈ ਪਾਲੀਕੇ ਵਾਲੇ ਮੈਂ ਇੱਕ
उम्मीद लेके आए, मैं एक उम्मीद बन के आया। इस फार्मे दे विच मुख्यमंत्री हो रहे ने, प्रकाश सिंह बादल रहे ने, कैप्टन रहे, कैप्टन ने 10 साल राज किया, बादल साहब ने 5 बार मुख्यमंत्री बने। लेकिन मैनू बड़ी तकलीफ होती जब मैं पिंडा जाता है कि ये पिंडा का विकास नहीं हो सकिया। गरीबी पिंडा दे भी बहुत है, किसानों का भी माड़ा हाल है, किसानी का माड़ा हाल है, मिले खुराक का माड़ा हाल है। पिंडा दे भी नहीं हुई, पेंशन पूरी नहीं लगी हुई, नीले कार्ड पूरे नहीं बने हुए, लोगों को राहत नहीं मिल रही, लोगों को पढ़ाई नहीं मिल रही, आटा दाल ना नहीं सरना, चंगी पढ़ाई साडे बच्चों को चाहिए है, चंगे हस्पताल चाहिए, जिड़िया दौड़ में बढ़ने मिलती है। कृपा करो संभालो मैनू, मैं थोड़ी शरण में आ गया, मैं गोद ले लो, मैं थोड़ा बन के इतनी रहा जाता है।